ਚੰਡੀਗੜ੍ਹ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਈ ਹੈ ਤੇ ਸਭ ਤੋਂ ਮਹਿੰਗਾ ਠੇਕਾ ਵੇਚੇ ਸੈਕਟਰ 56 ਦਾ ਜੋ 11 ਕਰੋੜ 65 ਲੱਖ ਦਾ ਨਿਲਾਮ ਹੋਇਆ 830 ਕਰੋੜ ਰੁਪਏ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਕਮਾਉਣ ਦਾ ਟੀਚਾ ਮਿੱਥਿਆ ਹੈ ਜਿਸ ਦੇ ਵਿੱਚ 43 ਠੇਕਿਆਂ ਦੀ ਨਿਲਾਮੀ ਹੋ ਗਈ ਹੈ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹੜੀ ਇਸ ਸਾਈਟ ਦਾ ਜਾਂ ਕਹਿ ਲਈਏ ਕਿ ਇਹ ਠੇਕੇ ਦਾ ਨਿਲਾਮੀ ਹੈ ਉਹ 11 ਕਰੋੜ 65 ਲੱਖ ਦੇ ਵਿੱਚ ਹੋਈ ਆ ਭਾਵ ਕਿ ਇੱਕ ਮਹੀਨੇ ਦੇ ਵਿੱਚ 1 ਕਰੋੜ ਪ੍ਰਸ਼ਾਸਨ ਨੂੰ ਜਾਏਗਾ ਜਾਂ ਕਹਿ ਲਈਏ ਕਿ ਕਰੀਬ 3 ਲੱਖ ਰੁਪਿਆ ਰੋਜ਼ ਪ੍ਰਸ਼ਾਸਨ ਨੂੰ ਜਾਏਗਾ ਉਸ ਤੋਂ ਬਾਅਦ ਤੁਹਾਡੀ ਜਾਂ ਜਿਹੜਾ ਠੇਕੇਦਾਰ ਆ ਉਸ ਦੀ ਕਮਾਈ ਹੋਏਗੀ ਤਾਂ ਕੀ ਸ਼ਰਾਬੀਆਂ ਦੇ ਸਿਰ ਤੇ ਸਰਕਾਰਾਂ ਚੱਲਦੀਆਂ ਨੇ ਸ਼ਰਾਬ ਵੇਚ ਕੇ ਹੀ ਪ੍ਰਸ਼ਾਸਨ ਨੂੰ ਜ਼ਿਆਦਾ ਮਾਲੀਆ ਇਕੱਠਾ ਹੁੰਦਾ ਏ ਤਾਂ ਦੱਸ ਦਿਆਂ ਤੁਹਾਨੂੰ ਕਿ ਬਾਕੀ ਠੇਕੇ ਜਿਹੜੇ ਨੇ ਉਹ ਨਿਲਾਮ ਹੋਏ ਨੇ ਚੰਡੀਗੜ੍ਹ ਦੇ ਵਿੱਚ ਕੁੱਲ 95 ਠੇਕੇ ਨੇ ਜਿਸ ਦੇ ਵਿੱਚੋਂ 43